ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ। ਅੱਜ ਆਪਾਂ ਐਕਚੁਅਲੀ ਇੱਕ ਬੇਸਿਕ ਜਿਹੀਆਂ ਗੱਲਾਂ ਕਰਾਂਗੇ ਕੁਛ ਡੇਅਰੀ ਫਾਰਮਿੰਗ ਬਾਰੇ ਕਿ ਨਿਊਜ਼ੀਲੈਂਡ ਦੇ ਵਿੱਚ ਫਾਰਮਰਸ ਜਿਹੜੇ ਹੈਗੇ, ਜਿੰਨੇ ਵੀ ਡੇਅਰੀ ਫਾਰਮਿੰਗ ਕਰਦੇ ਆ, ਉਹਨਾਂ ਨੂੰ ਮਤਲਬ ਗੌਰਮੈਂਟ ਦੇ ਵੱਲੋਂ ਜਾਂ ਹੋਰ ਕਿਹੜੀਆਂ ਕੋਆਪਰੇਟਿਵ ਔਰਗਨਾਈਜੇਸ਼ਨ ਹੈਗੀਆਂ ਜਿਹੜੀਆਂ ਸਪੋਰਟ ਕਰਦੀਆਂ, ਹੈਲਪ ਕਰਦੀਆਂ, ਉਹਨਾਂ ਨੂੰ ਨਵੀਂ ਟੈਕਨੋਲੋਜੀ ਬਾਰੇ ਦੱਸਦੀਆਂ ਕਿ ਨਵਾਂ ਕੀ ਚੱਲ ਰਿਹਾ ਜਾਂ ਨਵਾਂ ਫਿਊਚਰ 'ਚ ਕੀ ਆ ਰਿਹਾ। ਠੀਕ ਹੈ ਜੀ, ਮਤਲਬ ਕਿਹੜੀ ਐਕਸਟਰਾ ਐਡਸ ਹੈਗੇ ਆ ਜਿਹੜੇ ਫਾਰਮਰ ਨੂੰ ਇਨਕਰੇਜ ਕਰਦੇ ਆ ਡੇਅਰੀ ਫਾਰਮਿੰਗ 'ਚ, ਮਤਲਬ ਹੋਰ ਆਓ ਅੱਗੇ ਨਵੇਂ ਬੰਦੇ ਨੂੰ ਇਨਕਰੇਜ ਕਰਦੇ ਆ। ਸੋ ਅੱਜ ਆਪਾਂ ਉਹਨਾਂ ਕੁਛ, ਕਿਉਂਕਿ ਇਹ ਸਪੈਸ਼ਲੀ ਜਿਹੜੇ ਮੁੰਡੇ ਆਪਣੇ ਨਿਊਜ਼ੀਲੈਂਡ ਵਿੱਚ ਹੈਗੇ ਆ, ਉਹਨਾਂ ਲਈ ਬਹੁਤ ਵਧੀਆ ਗੱਲ ਇਹ ਕੰਮ ਦੀ ਗੱਲਾਂ ਹੋਣਗੀਆਂ। ਬਾਕੀ ਇੰਡੀਆ ਜਾਂ ਹੋਰ ਆਪਣੇ ਬੇਲੀ ਜੁੜੇ ਆ, ਉਹਨਾਂ ਨੂੰ ਇੱਕ ਮਤਲਬ ਇੱਕ ਸਿੱਖਣ ਨੂੰ ਕੁਛ ਮਿਲੂਗਾ ਕਿ ਨਿਊਜ਼ੀਲੈਂਡ 'ਚ ਇੱਦਾਂ ਵੀ ਹੁੰਦਾ। ਸੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਗੱਲ ਕਰੂੰਗਾ ਨਿਊਜ਼ੀਲੈਂਡ ਡੇਅਰੀ ਇੰਡਸਟਰੀ ਅਵਾਰਡਸ ਦੀ। ਠੀਕ ਹੈ ਜੀ, ਸਭ ਤੋਂ ਬੈਸਟ ਪਲੇਟਫਾਰਮ ਹੈ ਜੀ ਨਿਊਜ਼ੀਲੈਂਡ ਵਿੱਚ। ਜਿੱਦਾਂ ਨਹੀਂ ਫਿਲਮਾਂ ਦਾ ਹੁੰਦਾ ਨਹੀਂ, ਫਿਲਮ ਫੇਅਰ ਅਵਾਰਡਸ, ਆਈਫਾ ਅਵਾਰਡਸ ਜਾਂ ਬਥੇਰੇ ਡਿਫਰੈਂਟ ਹੁੰਦੇ ਆ, ਹਰ ਸਾਲ ਕਰਵਾਉਂਦੇ ਆ, ਅਤੇ ਨਿਊਜ਼ੀਲੈਂਡ ਵਿੱਚ ਵੀ ਹਰ ਸਾਲ ਡੇਅਰੀ ਇੰਡਸਟਰੀ ਅਵਾਰਡਸ ਹੁੰਦੇ ਆ ਜੀ। ਕੰਪੀਟੀਸ਼ਨ ਹੁੰਦਾ ਪੂਰੇ ਨਿਊਜ਼ੀਲੈਂਡ 'ਚ ਫਾਰਮਰਾਂ ਦਾ। ਠੀਕ ਹੈ ਜੀ, ਇਹ ਦੋ ਕੰਪੀਟੀਸ਼ਨ ਹੁੰਦੇ ਆ ਜੀ। ਪਹਿਲਾਂ ਤਾਂ ਦਾ ਰੀਜ਼ਨ ਲੈਵਲ 'ਤੇ ਹੁੰਦਾ, ਮਤਲਬ ਹੁਣ ਆਪਣਾ ਬੇਅ ਫਰੈਂਡੀ ਰੀਜ਼ਨ ਹੈ, ਆਈ ਥਿੰਕ ਨਿਊਜ਼ੀਲੈਂਡ 'ਚ 8-9 ਰੀਜ਼ਨਸ ਹੈਗੇ ਆ, ਮੈਨੂੰ ਪੱਕਾ ਨਹੀਂ ਪਤਾ, ਮੈਨੂੰ ਮਤਲਬ ਕੁਛ ਦਾ ਨਾਂ ਯਾਦ ਨਹੀਂ। ਵਾਇਕਟੋ ਹੈਗਾ, ਨੌਰਥਲੈਂਡ ਹੈਗਾ, ਹਾਰਾਕੀ ਪਲੇਨਸ ਹੈਗੇ, ਬੇਅ ਆਫ ਪਲੰਟੀ ਹੈ, ਹੌਕਸ ਬੇ ਹੈ, ਟਾਰਨਾਕੀ, ਮਾਨਵਾਤੂ, ਦੈਨ ਸਾਊਥ ਸਾਰੇ ਦੋਤਨ ਹੈਗੇ ਆ, ਇਸ ਤਰ੍ਹਾਂ ਹੈਗੇ ਆ। ਸੋ ਹੁਣ ਪਹਿਲਾਂ ਇਹਨਾਂ ਰੀਜਨ ਲੈਵਲ 'ਤੇ ਹੁੰਦਾ ਜੀ। ਠੀਕ ਹੈ, ਕੰਪੀਟੀਸ਼ਨ 3 ਕੰਪੀਟੀਸ਼ਨ ਹੁੰਦੇ ਆ ਜੀ। ਡੇਅਰੀ ਟ੍ਰੇਨਿੰਗ ਆਫ ਦਾ ਈਅਰ, ਜਿਹਨੇ ਹਜੇ ਮਤਲਬ ਹੁਣੇ ਫਾਰਮਿੰਗ ਸ਼ੁਰੂ ਕੀਤੀ ਹੈ ਉਹਨਾਂ ਦਾ, ਅਤੇ ਦੂਜਾ ਹੁੰਦਾ ਜੀ ਡੇਅਰੀ ਮੈਨੇਜਰ ਆਫ ਦਾ ਈਅਰ, ਜਿਹੜੇ ਮਤਲਬ ਆਈ ਥਿੰਕ ਹੁਣ ਤਾਂ ਸ਼ਾਇਦ ਉਹਨਾਂ ਨੇ ਚੇਂਜ ਕਰਤਾ, ਹਰਡ ਮੈਨੇਜਰ ਵੀ ਜਾ ਸਕਦਾ ਇਹਦੇ 'ਚ, ਕਿ ਮੈਨੂੰ ਪੱਕਾ ਨਹੀਂ ਪਤਾ। 2 IC ਜਾ ਸਕਦਾ ਜੀ, ਅਸਿਸਟੈਂਟ ਮੈਨੇਜਰ ਅਤੇ ਮੈਨੇਜਰ। ਠੀਕ ਹੈ ਜੀ, ਅਤੇ ਤੀਜਾ ਹੁੰਦਾ ਜੀ ਸ਼ੇਅਰ ਫਾਰਮਰ ਆਫ ਦਾ ਈਅਰ, ਜਿਹਦੇ 'ਚ ਫਾਰਮ ਓਨਰ, ਸ਼ੇਅਰ ਮਿਲਕਰ, ਕੰਟਰੈਕਟ ਮਿਲਕਰ, ਇਹ ਤਿੰਨੇ ਬੰਦੇ ਇਸ ਕੰਪੀਟੀਸ਼ਨ 'ਚ ਪਾਰਟੀਸਪੇਟ ਕਰ। ਸਭ ਤੋਂ ਮਤਲਬ ਹਾਈਐਸਟ ਲੈਵਲ ਦਾ ਕੰਪੀਟੀਸ਼ਨ ਹੈ, ਸ਼ੇਅਰ ਫਾਰਮਰ, ਉੱਥੇ ਡੇਅਰੀ ਮੈਨੇਜਰ, ਫਿਰ ਡੇਅਰੀ ਟ੍ਰੇਨਿੰਗ। ਅਤੇ ਇਹ ਜੀ ਮਤਲਬ ਕਰਦੇ ਬੰਦੇ ਬਹੁਤ ਪਾਰਟੀਸਪੇਟ ਕਰਦੇ ਆ, ਇੱਦਾਂ ਕੰਮ ਕਰਦਾ। ਪਹਿਲਾਂ ਮੰਨ ਲਓ ਕਿ ਇੱਕ ਨੂੰ ਚੱਕ ਲੈਣਾ ਡੇਅਰੀ ਮੈਨੇਜਰ ਆਫ ਦਾ ਈਅਰ, ਇੱਥੇ ਮੰਨ ਲਓ ਬੇਅ ਆਫ ਪਲੰਟੀ 'ਚ ਮਤਲਬ 100 ਬੰਦੇ ਨੇ ਆਪਣੀ ਐਪਲੀਕੇਸ਼ਨ ਭੇਜ ਦਿੱਤੀ ਕਿ ਹਾਂ ਅਸੀਂ ਕਰਨਾ ਕੰਪੀਟੀਸ਼ਨ। ਸੋ ਪਹਿਲਾ ਰਾਊਂਡ ਜੱਜਿੰਗ ਦਾ ਹੋਊਗਾ ਜੀ, ਜੇ ਉਹ 100 ਮੈਨੇਜਰਾਂ ਦੇ ਫਾਰਮ 'ਤੇ 3 ਜੱਜ ਜਾਣਗੇ, ਇੱਕ ਹੋਊ ਸਪੈਸ਼ਲੀ ਫਰੋਮ ਦਾ ਬੈਂਕ, ਦੂਜਾ ਹੋਊਗਾ ਫਰੋਮ ਡੇਅਰੀ ਇੰਜਰਡ, ਇੱਕ ਜੀ ਬਹੁਤ ਤਕੜੀ ਔਰਗਨਾਈਜੇਸ਼ਨ ਹੈ ਨਿਊਜ਼ੀਲੈਂਡ 'ਚ, ਕੋਆਪਰੇਟਿਵ ਹੈ, ਹਾਫ ਗੌਰਮੈਂਟ ਹਾਫ ਫਾਰਮਰ ਓਨ, ਇਹ ਸਾਰੇ ਫਾਰਮਰ ਮਤਲਬ ਇੱਕ ਲੀਵੀ ਪੇ ਕਰਦੇ ਆ, ਇੱਕੋ ਹੀ ਫੀਸ ਪੇ ਕਰਦੇ ਡੇਅਰੀ ਇੰਜਰਡ ਨੂੰ, ਜਿਹਨਾਂ ਨੇ ਜਿਹੜੀ ਉਹ ਪੈਸਾ, ਫਿਰ ਜਿਹੜੇ ਉਹਨਾਂ ਨੇ ਇੰਪਲੋਈ ਕੰਮ ਕਰਦੇ ਉਹਨਾਂ ਨੂੰ ਪੇ ਮਿਲਦੀ ਹੈ। ਇੱਕ ਉਸ ਮਤਲਬ ਡੇਅਰੀ ਜਿਹੜਾ ਬੰਦਾ ਡੇਅਰੀ ਇੰਜਰਡ 'ਚ ਕੰਮ ਕਰਦਾ ਉਹ ਸਪੈਸ਼ਲਿਸਟ ਹੈ ਜੀ ਫਾਰਮਿੰਗ ਦਾ, ਉਹਨੂੰ ਸਾਰਾ ਨੌਲੇਜ ਹੈ। ਇੱਕ ਬੈਂਕ ਦਾ ਬੰਦਾ ਹੁੰਦਾ, ਇੱਕ ਡੇਅਰੀ ਇੰਜਰਡ ਦਾ ਬੰਦਾ ਹੁੰਦਾ, ਇੱਕ ਕੋਈ ਬਹੁਤ ਐਕਸਪੀਰੀਅੰਸਡ ਫਾਰਮਰ ਹੁੰਦਾ। ਠੀਕ ਹੈ ਜੀ, ਲੋਕਲ ਏਰੀਆ 'ਚੋਂ। ਸੋ ਤਿੰਨੇ ਬੰਦੇ ਜਾਂਦੇ ਆ, ਉਹਨੂੰ ਕਹਿੰਦੇ ਪ੍ਰਾਇਮਰੀ ਜੱਜਿੰਗ, ਪਹਿਲੀ ਜੱਜਿੰਗ, ਉਹ 100 ਬੰਦੇ ਦੀ ਜੱਜਿੰਗ ਹੋਊਗੀ। ਫਿਰ ਇਹ ਜਿਹੜੇ ਜੱਜ ਹੋਣਗੇ ਇਹ ਬਹਿ ਕੇ ਡਿਸਾਈਡ ਕਰਨਗੇ ਵੀ ਇਹਨਾਂ 'ਚ ਟੋਪ 5 ਕਿਹੜੇ ਕੱਢਣੇ ਆ। ਠੀਕ ਹੈ ਜੀ, ਉਹ 'ਚ ਟੋਪ 5 ਸਿਲੈਕਟ ਹੁੰਦੇ ਆ 100 'ਚੋਂ। ਫਿਰ ਉਹ ਟੋਪ 5 ਨੂੰ ਫੋਨ ਕੀਤਾ ਜਾਂਦਾ, ਈਮੇਲ ਕੀਤਾ ਜਾਂਦਾ ਵੀ ਤੁਸੀਂ ਟੋਪ 5 ਸਿਲੈਕਟ ਹੋ ਗਏ, ਵਧਾਈਆਂ ਤੁਹਾਨੂੰ, ਕੋਂਗਰੈਟਸ। ਫਿਰ ਉਹਨਾਂ ਟੋਪ 5 'ਚ ਇਹਨਾਂ ਤਿੰਨਾਂ 'ਚ ਹੀ ਡੇਅਰੀ ਟ੍ਰੇਨਿੰਗ, ਡੇਅਰੀ ਮੈਨੇਜਰ, ਸ਼ੇਅਰ ਫਾਰਮਰ। ਫਿਰ ਉਹ ਟੋਪ 5 'ਚ ਫਿਰ ਕੰਪੀਟੀਸ਼ਨ ਹੁੰਦਾ, ਫਿਰ ਦੁਬਾਰਾ ਜੱਜਿੰਗ ਹੁੰਦੀ ਹੈ, ਅਤੇ ਉਹ ਨਵੇਂ ਜੱਜ ਆਉਂਦੇ ਆ ਜੀ ਬਾਅਦ 'ਚ, ਉਹ ਸੇਮ ਜੱਜ ਨਹੀਂ ਆਉਂਦੇ। ਫਿਰ ਇਹਨਾਂ ਟੋਪ 5 'ਚੋਂ ਚੁਣੇ ਜਾਂਦੇ ਆ, 3rd ਕੌਣ ਹੈ, 2nd ਕੌਣ ਹੈ ਅਤੇ ਵਿਨਰ ਕੌਣ ਹੈ। ਅਤੇ ਇਹਨਾਂ 'ਚ ਮੈਰਿਟ ਅਵਾਰਡ ਵੀ ਹੁੰਦੇ ਆ, ਜਿਵੇਂ ਸ਼ੇਅਰ ਫਾਰਮਰ 'ਚ ਆਈ ਥਿੰਕ 9-10 ਹੁੰਦੇ ਆ, ਜਿਵੇਂ ਜੇ ਤੁਸੀਂ ਪਾਸਚਰ 'ਚ ਬੈਸਟ ਹੋ ਤਾਂ ਉਹਦਾ ਅੱਡ ਹੈਗਾ, ਜੇ ਤੁਹਾਡਾ ਹਾਈਜੀਨ ਬਹੁਤ ਵਧੀਆ ਸ਼ੈੱਡ ਦਾ ਉਹਦਾ ਅੱਡ ਹੈ, ਫਾਈਨੈਂਸ ਦਾ ਅੱਡ ਹੈ, ਪਾਸਚਰ ਮੈਨੇਜਮੈਂਟ ਦਾ ਅੱਡ ਹੈ, ਹੈਲਥ ਐਂਡ ਸੇਫਟੀ ਦਾ ਅੱਡ ਹੈ, ਅਤੇ ਮਤਲਬ ਇਸ ਤਰ੍ਹਾਂ ਕਰਕੇ ਇਨਵਾਇਰਮੈਂਟ ਦਾ ਅੱਡ ਹੈ, ਪਾਵਰ ਪਲੇਅ ਦਾ ਅੱਡ ਹੈ। ਮਤਲਬ ਸਪੈਸ਼ਲੀ ਇਹ 'ਚ ਹਰੇਕ ਮੈਰਿਟ ਅਵਾਰਡ 'ਚ ਪੈਸਾ ਹੁੰਦਾ, ਕੈਸ਼ ਹੁੰਦਾ ਜਾਂ ਕੋਈ ਕੂਪਨਸ ਵਗੈਰਾ ਹੁੰਦੇ ਆ। ਸੋ ਮੈਂ ਤੁਹਾਨੂੰ ਐਕਚੁਅਲੀ ਕੁਛ ਦਿਖਾਉਣਾ ਚਾਹੁੰਦਾ, 2016 ਦੇ ਵਿੱਚ
ਅਸੀਂ ਮੈਂ ਪਾਰਟਿਸਪੇਟ ਕੀਤਾ ਸੀਗਾ। ਠੀਕ ਹੈ ਜੀ, ਇੱਕ ਮਿੰਟ ਫੋਨ ਆ ਰਿਹਾ, ਸੋਰੀ ਮੈਨੂੰ ਪੌਜ਼ ਕਰਨੀ ਪੈਣੀ। ਹਾਂਜੀ ਸੋਰੀ। ਸੋ 2016 ਦੇ ਵਿੱਚ ਮੈਂ ਡੇਅਰੀ ਮੈਨੇਜਰ ਆਫ ਦਾ ਈਅਰ 'ਚ ਪਾਰਟੀਸਪੇਟ ਕੀਤਾ ਸੀ ਜੀ। ਮਤਲਬ ਉਦੋਂ ਰਿਕੁਆਇਰਮੈਂਟ ਸੀ ਕਿ ਪੱਕਾ ਬੰਦਾ ਹੀ ਕਰ ਸਕਦਾ, ਪਰ ਪਿਛਲੇ ਸਾਲ ਮਤਲਬ ਬਹੁਤ ਸਾਰੇ ਲੋਕਾਂ ਨੇ ਰਲ ਕੇ ਪੁਸ਼ ਕੀਤਾ, ਡੇਅਰੀ ਏਜੰਟ ਜਾਂ ਜਿਹੜੇ ਜਿਹੜੇ ਹੈਗੇ ਆ ਫੈਡਰੇਟਡ ਫਾਰਮਰ ਹੈਗਾ, ਜਿਵੇਂ ਇੰਡੀਆ ਨਹੀਂ ਹੁੰਦੇ ਕਿਸਾਨ ਯੂਨੀਅਨ, ਉਹ ਇੱਥੇ ਫੈਡਰੇਟਡ ਫਾਰਮਰਸ ਹੈਗਾ, ਉਹਨਾਂ ਨੂੰ ਅਪਰੋਚ ਕੀਤੀ ਵੀ ਜਿਹੜੇ ਟੈਂਪਰੇਰੀ ਵੀਜ਼ੇ ਜਾਂ ਜਿਹੜੇ ਵਰਕ ਪਰਮਿਟ 'ਤੇ ਕੰਮ ਕਰਦੇ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ, ਕਿਉਂਕਿ ਬਹੁਤ ਬੰਦੇ ਵਰਕ ਪਰਮਿਟਾਂ 'ਤੇ ਜਿਹੜੇ ਜਿਹੜੇ ਫਾਰਮਾਂ 'ਤੇ ਕੰਮ ਕਰਦੇ ਆ ਮਤਲਬ ਮੈਨੇਜਰ ਲੈਵਲ ਤੱਕ। ਸੋ ਉਹਨਾਂ ਨੇ ਪਿਛਲੀ ਵਾਰ ਅਲਾਓ ਕਰਤਾ ਸੀਗਾ, ਹੁਣ ਸ਼ਾਇਦ ਇਹ ਚੱਲੂਗਾ ਇੱਦਾਂ ਹੀ ਕਿ ਟੈਂਪਰੇਰੀ ਵੀਜ਼ੇ ਵਾਲਾ ਬੰਦਾ ਵੀ, ਤੁਹਾਡੇ ਕੋਲ ਵੀਜ਼ਾ ਵੈਲਿਡ ਹੋਣਾ ਚਾਹੀਦਾ, ਤੁਸੀਂ ਪਾਰਟੀਸਪੇਟ ਕਰ ਸਕਦੇ ਹੋ। ਸੋ ਡੇਅਰੀ ਮੈਨੇਜਰ ਆਫ ਦਾ ਕੀਤਾ ਸੀਗਾ ਜੀ, ਪਹਿਲਾਂ ਤਾਂ ਆਪਾਂ ਨੂੰ ਆਹ ਮਿਲਿਆ ਸੀ, ਆਪਣਾ ਥਰਡ ਪਲੇਸ ਆਇਆ ਸੀ ਮਤਲਬ ਬੇ ਆਫ ਪਲੰਟੀ 'ਚ, ਆਪਣੇ ਰੀਜਨ ਦੇ ਵਿੱਚ ਆਪਾਂ ਥਰਡ ਪਲੇਸ ਲਿਆ ਸੀ, ਫਸਟ ਟਾਈਮ ਆਪਾਂ ਪਾਰਟੀਸਪੇਟ ਕੀਤਾ ਸੀਗਾ। ਅਤੇ ਇੱਕ ਆਪਾਂ ਜਿੱਤਿਆ ਸੀ ਜੀ ਮੈਰਿਟ ਅਵਾਰਡ, ਇੱਕ ਤਾਂ ਸੀਗਾ ਆ ਲਿਖਿਆ ਡੇਅਰੀ ਮੈਨੇਜਰ ਆਫ ਦਾ ਈਅਰ ਥਰਡ ਪਲੇਸ ਉੱਤੇ ਬਲਜਿੰਦਰ ਸਿੰਘ ਲਿਖਿਆ, ਇੱਥੇ ਲਿਖਿਆ ਕਿ ਆਪਾਂ ਨੂੰ ਮੈਰਿਟ ਅਵਾਰਡ ਜਿੱਤਿਆ ਸੀ ਜੀ ਜਾਂ ਮੋਸਟ ਪ੍ਰੋਮਿਸਿੰਗ ਇੰਟਰੈਂਟ ਅਵਾਰਡ, ਇਹ 'ਚ ਆਪਾਂ ਨੂੰ $1,000 ਕੈਸ਼ ਪ੍ਰਾਈਜ਼ ਮਿਲਿਆ ਸੀ, ਅਤੇ ਇਹਦੇ ਨਾਲ ਮਿਲਿਆ ਸੀ ਆਪਾਂ ਨੂੰ 1.5-2 ਟਨ ਸ਼ਾਇਦ ਕਾਫ ਮੀਲ ਦਾ ਵਾਊਚਰ, ਮਤਲਬ ਇੱਦਾਂ ਬਹੁਤ ਸਾਰੇ ਵਾਊਚਰ ਲਾ ਕੇ ਤਕਰੀਬਨ ਆਪਾਂ ਨੂੰ $6,000-7,000 ਦਾ ਇਨਾਮ ਮਿਲੇ ਸੀਗੇ। ਅਤੇ ਜੀ ਫਿਰ ਆਪਾਂ 2016 ਸੀਗਾ, ਫਿਰ ਆਪਾਂ 2018 ਦੇ ਵਿੱਚ ਸ਼ੇਅਰ ਫਾਰਮਰ ਆਫ ਦਾ ਈਅਰ ਕੰਟਰੈਕਟ ਮਿਲਕਰ ਸੀਗੇ, ਉਹਦੇ ਵਿੱਚ ਵੀ ਜੀ ਆਪਾਂ ਨੂੰ ਆਪਣਾ ਥਰਡ ਪਲੇਸ ਆਇਆ ਸੀਗਾ ਤੀਜਾ, ਅਤੇ ਫਿਰ ਵੀ ਆਪਣੇ ਲਈ ਬਹੁਤ ਵਧੀਆ ਕਿਉਂਕਿ ਆਪਾਂ ਇੱਕ ਬਾਹਰੋਂ ਆ ਕੇ ਚਲੋ ਜਿੰਨਾ ਕੁ ਆਪਣੀ ਸੀਗਾ ਮਾਰਿਆ ਨੇ ਆਪਾਂ ਨੂੰ ਉਨਾ ਕੁ ਰੱਖਾ ਤਾ। ਸੋ ਇਸ ਵਾਰ ਵੀ ਆਪਾਂ ਜਾ ਰਹੇ ਹਾਂ ਜੀ ਡੇਅਰੀ ਟ੍ਰੇਨ ਸ਼ੇਅਰ ਫਾਰਮਰ ਆਫ ਦਾ ਕੰਪਟੀਸ਼ਨ 'ਚ ਆਪਾਂ ਪਾਰਟੀਸਪੇਟ ਕਰਨਾ। ਸੋ ਮੈਂ ਤਾਂ ਦੱਸ ਰਿਹਾ ਵੀ ਜਿਹੜੇ ਮੁੰਡੇ ਨਿਊਜ਼ੀਲੈਂਡ 'ਚ ਇਸ ਟਾਈਮ ਕੰਮ ਕਰ ਰਹੇ ਆ, ਠੀਕ ਹੈ ਜੀ, ਤੁਸੀਂ ਜਾ ਸਕਦੇ ਹੋ, ਜਦੋਂ ਇਹਦੀ ਇੰਟਰੀ ਖੁੱਲ੍ਹਣੀ ਹੈ 1 ਅਕਤੂਬਰ ਨੂੰ ਡੇਅਰੀ ਟ੍ਰੇਨਿੰਗ ਡੇਅਰੀ ਮੈਨੇਜਰ ਸ਼ੇਅਰ ਫਾਰਮਰ, ਮੇਕ ਸ਼ੋਰ ਤੁਸੀਂ ਗੂਗਲ ਕਰਿਓ ਡੇਅਰੀ ਇੰਡਸਟਰੀ ਅਵਾਰਡਸ ਨਿਊਜ਼ੀਲੈਂਡ, ਨਿਊਜ਼ੀਲੈਂਡ ਡੇਅਰੀ ਇੰਡਸਟਰੀ ਅਵਾਰਡਸ, ਉਹਨਾਂ ਦੀ ਵੈਬਸਾਈਟ ਹੈ ਸਪੈਸ਼ਲ, ਉੱਥੇ ਜਾ ਕੇ ਇੱਕ ਫੋਰਮ ਫਿਲ ਕਰਨਾ ਪਊਗਾ ਔਨਲਾਈਨ, ਤੁਹਾਨੂੰ ਪਤਾ ਲੱਗ ਜੂ ਜਾਓਗੇ ਔਨਲਾਈਨ, ਉਹ ਸਾਰੀ ਇਨਫੋਰਮੇਸ਼ਨ ਭਰ ਦਿਓ, ਆਪਣੇ ਓਨਰ ਨੂੰ ਬੋਸ ਨੂੰ ਦੱਸ ਦਿਓ ਵੀ ਹਾਂ ਮੈਂ ਕੀਤਾ, ਕਿਉਂਕਿ ਉਹਦੀ ਪਰਮਿਸ਼ਨ ਲੈਣਗੇ ਉਹ, ਪਾਰਟੀਸਪੇਟ ਕਰਿਓ, ਜੇ ਨਾ ਵੀ ਜਿੱਤੇ ਤਾਂ ਕੋਈ ਇੱਕ ਅੱਧਾ ਮੈਰਿਟ ਅਵਾਰਡ ਵੀ ਮਿਲ ਗਿਆ ਤੁਹਾਡੇ ਲਈ ਬਹੁਤ ਵਧੀਆ, ਕਿਉਂਕਿ PR 'ਚ ਨੇ ਬਹੁਤ ਤੁਹਾਡੀ ਹੈਲਪ ਕਰਨੀ, ਜੇ ਤਾਂ ਜਿੱਤ ਗਏ ਪਿਛਲੇ ਸਾਲ ਆਪਣਾ ਜਨਮਜੋਤ ਸਿੰਘ ਘੁਮਾਣ ਮੁੰਡਾ ਪੰਜਾਬੀ ਮੁੰਡਾ ਆਪਣੇ ਗੁਆਂਢੀ ਇੱਥੇ, ਉਹ ਵੀ ਵੈਸੇ ਵਰਕ ਪਰਮਿਟ 'ਤੇ ਹੈ, ਉਹ ਜਿੱਤਿਆ ਨਿਊਜ਼ੀਲੈਂਡ 'ਚ ਬੇ ਆਫ ਪਲੰਟੀ 'ਚ ਆਪਣੇ ਰੀਜਨ 'ਚ ਡੇਅਰੀ ਮੈਨੇਜਰ ਆਫ ਦਾ ਈਅਰ। ਸੋ ਬਹੁਤ ਵੱਡੀ ਗੱਲ ਆ ਆਪਣੇ ਲਈ ਕਿ ਇੱਕ ਪੰਜਾਬੀ ਬੰਦਾ ਜਿਹਨੂੰ ਤਕਰੀਬਨ ਹਜੇ 7-8 ਸਾਲ ਹੋਇਆ ਡੇਅਰੀ ਫਾਰਮਿੰਗ 'ਚ ਕੰਮ ਕਰਦੇ ਨੂੰ, ਉਹ ਜਿਹੜੇ ਇੱਥੋਂ ਦੇ ਬੋਰਨ ਬੰਦੇ ਆ ਉਹਨਾਂ ਨੂੰ ਉਹਨੇ ਪਿੱਛੇ ਛੱਡ ਕੇ ਉਹ ਜਿੱਤਿਆ। ਸੋ ਬਹੁਤ ਮਾਣ ਵਾਲੀ ਗੱਲ ਆਪਣੇ ਵਾਸਤੇ ਵੀ, ਅਤੇ ਜਿੱਤਿਆ ਮੁੰਡਾ, ਸੋ ਬਹੁਤ ਵਧੀਆ ਉਹਦੇ ਲਈ, ਤੁਸੀਂ ਵੀ ਕਰਿਓ ਸਾਰੇ ਜੀ, ਇਹ ਚੀਜ਼ਾਂ ਬਹੁਤ ਹੈਲਪ ਕਰਦੀਆਂ। ਸੋ ਇਹ ਹੈ ਜੀ, ਬਾਕੀ ਜਿਵੇਂ ਤੁਹਾਨੂੰ ਮੈਂ ਕੁਛ ਚੀਜ਼ਾਂ ਦਿਖਾਉਣਾ ਚਾਹੁੰਦਾ, ਜਿਵੇਂ ਇਹਨੂੰ ਕਹਿੰਦੇ ਜੀ ਡੇਅਰੀ ਬੇਸ ਰਿਪੋਰਟ, ਮਤਲਬ ਇਹਦੇ ਵਿੱਚ ਕੀ ਹੈ ਕਿ ਇਹ ਡੇਅਰੀ ਐਂਜਨ ਵਾਲੇ ਬਣਾ ਕੇ ਦਿੰਦੇ ਆ, ਇਹਦੇ ਵਿੱਚ ਆਪਣਾ ਪੂਰਾ ਪਰਫੋਰਮੈਂਸ ਹੁੰਦੀ ਹੈ ਜੀ, ਇਹ 'ਚ ਹੁੰਦੀ ਬੈਂਚ ਮਾਰਕਿੰਗ, ਐਕਚੁਲੀ ਵੀ ਆਪਣੇ ਏਰੀਏ ਦਾ ਇਹ ਐਵਰੇਜ ਬੈਂਚ ਮਾਰਕ ਕੀ ਹੈ ਸਾਰੇ ਫਾਰਮਾਂ ਦਾ, ਟੋਟਲ ਫਾਰਮਾਂ ਦਾ, ਅਤੇ ਆਪਣੇ ਫਾਰਮ 'ਤੇ ਕੀ ਹੈ ਕੰਪੈਰੀਜ਼ਨ ਹੈ ਜੀ, ਇਹ ਆਪਣੇ ਫਾਰਮ ਦਾ ਅਤੇ ਪੂਰੇ ਏਰੀਏ ਦਾ। ਸੋ ਇਹ ਬਹੁਤ ਵਧੀਆ ਚੀਜ਼ ਹੈ ਇਹ, ਹਾਲਾਂਕਿ ਸਾਰੇ ਬੰਦੇ ਕਰਦੇ ਆ ਪਰ ਜਿਵੇਂ ਜ਼ਿਆਦਾ ਸਟਾਫ ਨੂੰ ਦੱਸਦੇ ਨਹੀਂ ਗੇ, ਇਹਦੇ ਵਿੱਚ ਸਾਰਾ ਕੁਛ ਹੈ, ਮਤਲਬ ਤੁਹਾਡਾ ਫਾਈਨੈਂਸ, ਤੁਹਾਡਾ ਮੈਨੇਜਮੈਂਟ, ਸਾਰਾ ਕੁਛ, ਠੀਕ ਹੈ ਜੀ। ਬਾਕੀ ਜਿਵੇਂ ਹੋਰ ਚੀਜ਼ਾਂ ਬਹੁਤ ਆਉਂਦੀਆਂ ਜਿਵੇਂ ਨਿਊਜ਼ੀਲੈਂਡ ਦੇ ਵਿੱਚ, ਮੈਂ ਤੁਹਾਨੂੰ ਸਪੈਸ਼ਲ ਦਿਖਾਉਣਾ ਚਾਹੁੰਦਾ, ਜਿਵੇਂ ਮੈਗਜ਼ੀਨਸ ਆਉਂਦੀਆਂ, ਆਹ ਹੈਗੀ ਹੈ ਇਨਰਿਚ, ਇਹ ਸਪੈਸ਼ਲ ਫੰਟੇਰਾ ਸ਼ਾਪ ਦਾ, ਇਹ 'ਚ ਟੋਟਲ ਨਿਊ ਟੈਕਨੋਲੋਜੀ ਕੀ ਆ ਰਹੀ ਹੈ ਜਾਂ ਫੰਟੇਰਾ ਨੇ ਨਵਾਂ ਕੀ ਕਰ ਰਿਹਾ ਫਾਰਮਰਾਂ ਵਾਸਤੇ, ਜਾਂ ਕੋਈ ਫਾਰਮਰ ਦਾ ਆਰਟੀਕਲ ਸ਼ਾਪ ਦਾ, ਇਹ ਬਹੁਤ ਨੌਲੇਜਵੈਲ ਹੁੰਦੀ ਹੈ ਜੀ। ਤੁਸੀਂ ਇਹ ਸਾਰਾ ਕੁਛ ਫਰੀ ਹੁੰਦਾ ਵੈਸੇ, ਜਿਵੇਂ ਹੁਣ ਅਸੀਂ ਤਾਂ ਕੰਟਰੈਕਟ ਸੈਲਫ ਇੰਪਲੋਇਡ ਕੰਟਰੈਕਟ ਮਿਲ ਕਰ ਰਹੇ ਹਾਂ, ਸਾਨੂੰ ਇਹ ਫਰੀ ਆਉਂਦੀ ਹੈ, ਪਰ ਮੈਨੂੰ ਇਸ ਦਾ ਨਹੀਂ ਪਤਾ ਕਿ ਇਹ ਫਰੀ ਹੈ ਕਿ ਨਹੀਂ ਜਾਂ ਹਰ ਬੰਦਾ ਨੂੰ ਲੈ ਸਕਦਾ ਕਿ ਨਹੀਂ ਲੈ ਸਕਦਾ, ਪਰ ਬਹੁਤ ਚੀਜ਼ਾਂ ਹੈਗੀਆਂ ਜੀ ਜਿਹੜੀਆਂ ਸਾਰਾ ਬੰਦਾ ਲੈ ਸਕਦਾ। ਆ ਦੇਖੋ ਆ ਡੇਅਰੀ ਮੈਨੇਜਰ ਡੇਅਰੀ ਫਾਰਮਰ, ਇਹ ਵੀ ਮੈਗਜ਼ੀਨ ਹੈ, ਹੁਣ ਜਿਹੜਾ ਕੋਈ ਸਪੈਸ਼ਲੀ ਐਕਸਟਰਾ ਆਰਡਨਰੀ ਬੰਦਾ ਕੰਮ ਕਰਦਾ ਉਹਦਾ ਉਹਦੀ ਪੂਰੀ ਸਟੋਰੀ ਛਪਾਉਂਦੇ ਜੀ, ਛਪਦੀ ਇੱਥੇ। ਹੁਣ ਆ ਇੱਕ ਮੁੰਡਾ, ਇਹ ਵੈਸੇ ਮੌਰੀ ਸੀਗਾ, ਇਹ ਜਿੱਤਿਆ ਸੀਗਾ ਸ਼ਾਇਦ ਮੌਰੀਆਂ ਦਾ ਕੋਈ ਅਵਾਰਡ ਹੁੰਦਾ, ਇਹ ਵੀ ਸਪੈਸ਼ਲ ਗੌਰਮੈਂਟ ਕਰਾਉਂਦੀ ਹੈ, ਇਹ ਵੀ ਡੇਅਰੀ ਮੇਨ ਪੂਰੇ ਮੌਰੀਆਂ 'ਚ ਪਹਿਲੇ ਨੰਬਰ 'ਤੇ ਆਇਆ ਸੀ ਪੂਰੇ ਨਿਊਜ਼ੀਲੈਂਡ 'ਚ।
ਇਹ ਹੁਣ ਕੰਟਰੈਕਟ ਮਿਲ ਕੇ ਕਰਦਾ ਇਹਦਾ ਪੂਰਾ ਛਪਿਆ ਇਹਦੇ ਵਿੱਚ ਕਿ ਇਹਨੇ ਕਿੱਦਾਂ ਇਹਨੇ ਤਰੱਕੀ ਕੀਤੀ ਕਿਵੇਂ ਕਿਵੇਂ ਨੇ ਸ਼ੁਰੂ ਕੀਤਾ ਸੀ ਹੋਰ ਵੀ ਬਹੁਤ ਕੁਛ ਹੈ ਮਤਲਬ ਇਹਦੇ ਵਿੱਚ ਬਹੁਤ ਨੌਲੇਜ ਹੈ ਪੜ੍ਹਨ ਵਾਲੀਆਂ ਚੀਜ਼ਾਂ ਹੁੰਦੀਆਂ ਵਾਕਈ ਫਿਰ ਜਿਵੇਂ ਆ ਪੀ ਜੀ ਜੀ ਰਾਇਟਸਨ ਵਾਲੀ ਵੀ ਕੰਪਨੀ ਹੈ ਇਹ ਵੀ ਆ ਰੂਰਲ ਡੇਅਰੀ ਸਪੈਸ਼ਲ ਇਹਨਾਂ ਦੇ ਆਰਟੀਕਲ ਆਉਂਦੇ ਆ ਇੱਕ ਨਹੀਂ ਗੇ ਪਤਾ ਨਹੀਂ ਕਿੰਨੇ ਆਉਂਦੇ ਆ ਜੀ ਕਿੰਨੇ ਹੀ ਆਉਂਦੇ ਆ ਆਹ ਇੱਕ ਨਿਊਜ਼ ਪੇਪਰ ਆਇਆ ਰੂਰਲ ਨਿਊਜ਼ ਇਹ ਵੀ ਸਾਰੀ ਨਿਊਜ਼ੀਲੈਂਡ ਦੀ ਰੂਰਲ ਨਿਊਜ਼ ਹੈ ਅਪਡੇਟਸ ਹੈ ਇੰਟਰਨੈਸ਼ਨਲ ਲੈਵਲ 'ਤੇ ਦੁੱਧ ਦਾ ਕੀ ਹੋ ਰਿਹਾ ਰੇਟ ਕਿਵੇਂ ਕਿਵੇਂ ਲੱਗ ਰਿਹਾ ਸਾਰੇ ਆਇਆ ਜੀ ਫਾਰਮਰਸ ਵੀਕਲੀ ਇਹ ਵੀ ਇੱਕ 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 ਸਾ ਨਿਊਜ਼ ਪੇਪਰ ਟਾਈਪ ਹੈ ਇਹਦੇ ਵਿੱਚ ਕੋਈ ਇਹਦੇ ਵਿੱਚ ਸਾਰੀ ਐਡਸ ਵੀ ਹੁੰਦੀਆਂ ਕੋਈ ਮਸ਼ੀਨਰੀ ਵੇਚਦੇ ਆ ਕੋਈ ਟਰੈਕਟਰ ਵੇਚਦੇ ਆ ਤੁਸੀਂ ਕੋਈ ਜ਼ਮੀਨ ਵਿਕਦੀ ਹੈ ਉਹ ਸਾਰਾ ਇਹਦੇ ਵਿੱਚ ਹੁੰਦਾ ਜੀ ਇੱਕ ਆਇਆ ਜੀ ਕੋਸਟ ਐਂਡ ਕੰਟਰੀ ਇਹ ਵੀ ਸੇਮ ਚੀਜ਼ ਹੈ ਨਿਊਜ਼ ਪੇਪਰ ਹੈ ਅਤੇ ਡੇਅਰੀ ਨਿਊਜ਼ ਇਹ ਵੀ ਇੱਕ ਮੈਗਜ਼ੀਨ ਹੈ ਸਪੈਸ਼ਲ ਨਿਊਜ਼ ਪੇਪਰ ਟਾਈਪ ਹੀ ਹੈ ਬਹੁਤ ਮਤਲਬ ਕਲਰਡ ਸਾਰਾ ਕੁਛ ਵਧੀਆ ਇਹਦੇ ਇਹ ਵੀ ਪੜ੍ਹਨ ਵਾਲੀ ਹੁੰਦੀ ਹੈ ਅਤੇ ਇੱਕ ਆਇਆ ਜੀ ਇਹ ਸਭ ਵਾਸਤੇ ਫਰੀ ਹੈ ਇਨਸਾਈਡ ਡੇਅਰੀ ਇਹ ਜੀ ਮੈਂ ਜਿਹੜੇ ਮੁੰਡੇ ਨਿਊਜ਼ੀਲੈਂਡ 'ਚ ਕੰਮ ਕਰਦਾ ਉਹਨੂੰ ਦੱਸਣਾ ਚਾਹੂੰਗਾ ਤੁਸੀਂ ਡੇਅਰੀ ਐਨਜੈਡ .co.nz 'ਤੇ ਜਾ ਕੇ ਪਬਲੀਕੇਸ਼ਨ 'ਤੇ ਕਲਿੱਕ ਕਰਿਓ ਪਬਲੀਕੇਸ਼ਨਸ ਅਤੇ ਉਹਦੇ 'ਤੇ ਜਾ ਕੇ ਇਨਸਾਈਡ ਡੇਅਰੀ ਦਾ ਹੋਊਗਾ ਉਹ 'ਤੇ ਕਲਿੱਕ ਕਰਕੇ ਤੁਸੀਂ ਉਹਨੂੰ ਫਰੀ ਔਡਰ ਕਰ ਸਕਦੇ ਹੋ ਫਿਰ ਤੁਹਾਡੇ ਹਰ ਮਹੀਨੇ ਤੁਹਾਡੇ ਲੈਟਰ ਬਾਕਸ ਪਾ ਆਇਆ ਕਰੂਗੇ ਆਪਣੇ ਆਪ ਇਹ ਸੋ ਇਹ ਫਰੀ ਹੈ ਇਹਦਾ ਕੋਈ ਕੋਸਟ ਨਹੀਂ ਗੀ ਤੁਸੀਂ ਪਲੀਜ਼ ਅੱਜ ਹੀ ਆਪਣੇ ਜੰਪ ਔਨ ਯੋਰ ਲੈਪਟੋਪ ਔਰ ਯੋਰ ਕੰਪਿਊਟਰ ਵਟਐਵਰ ਯੂ ਹੈਵ ਇਹਨੂੰ ਇਹਦਾ ਇਹਦਾ ਫੋਰਮ ਫਿਲ ਕਰਕੇ ਕੁਛ ਡਿਟੇਲ ਮੰਗਣਗੇ ਉਹ ਭਰ ਕੇ ਤੁਹਾਡੇ ਹਰ ਮਹੀਨੇ ਤੁਹਾਡੇ ਲੈਟਰ ਬਾਕਸ ਆਊਗੀ ਬਹੁਤ ਵਧੀਆ ਚੀਜ਼ ਹੁੰਦੀ ਹੈ ਜੀ ਇਹਦੇ ਵਿੱਚ ਇੱਕ ਟੈਕਨੀਕਲ ਸੀਰੀਜ਼ ਹੁੰਦੀ ਹੈ ਹਾਲਾਂਕਿ ਨਵੀਂ ਇਹ ਮੈਂ ਖੋਲ੍ਹੀ ਨਹੀਂ ਅੱਜ ਤੱਕ ਇੱਕ ਤਾਂ ਜਿਵੇਂ ਆਹ ਦੇਖੋ ਮੈਂ ਖੋਲ੍ਹ ਕੇ ਦਿਖਾਵਾਂ ਤੁਹਾਨੂੰ ਆਹ ਤਾਂ ਹੈ ਜੀ ਇਨਸਾਈਡ ਡੇਅਰੀ ਆਹ ਦੇਖੋ ਟੈਕਨੀਕਲ ਸੀਰੀਜ਼ ਕਿਉਂਕਿ ਸੈਲਫੀ 'ਤੇ ਸਾਨੂੰ ਉਲਟਾ ਦਿਖ ਰਿਹਾ ਸੋ ਟੈਕਨੀਕਲ ਸੀਰੀਜ਼ ਇਹ 'ਚ ਬਹੁਤ ਟੈਕਨੀਕਲ ਨੌਲੇਜ ਹੁੰਦਾ ਸਪੈਸ਼ਲੀ ਜਦੋਂ ਗਰਾਸ ਬਾਰੇ ਬਹੁਤ ਕੁਛ ਕਰੋਪਸ ਬਾਰੇ ਗਰਾਸ ਬਾਰੇ 'ਚ ਬਹੁਤ ਡੂੰਘਾ ਨੌਲੇਜ ਹੁੰਦਾ ਸੋ ਇਹ ਮੇਕ ਸ਼ੋਰ ਤੁਸੀਂ ਪੜ੍ਹਿਆ ਕਰੋ ਅਤੇ ਇਹ ਤੁਹਾਡਾ ਨੌਲੇਜ ਵਧੂਗਾ ਹੀ ਵਧੂਗਾ ਸਪੈਸ਼ਲ ਮੈਂ ਤੁਹਾਨੂੰ ਇਹ ਵੀ ਦਿਖਾ ਦੇਣ ਲੱਗਦੇ ਹੱਥ ਕਿ ਆਹ ਹੁੰਦਾ ਜੀ ਕੰਟਰੈਕਟ ਜਿਹੜਾ ਫੈਡਰੇਟਡ ਫਾਰਮਰ ਕਿਸਾਨ ਯੂਨੀਅਨ ਦਾ ਇੱਥੇ ਨਿਊਜ਼ੀਲੈਂਡ ਦਾ ਇਹ ਤੁਹਾਡਾ ਸਾਈਨ ਹੋਣਾ ਜ਼ਰੂਰੀ ਹੈ ਤੁਹਾਡੇ ਇੰਪਲੋਈ ਦੇ ਨਾਲ ਤੋ ਇਹ ਆਪਣਾ ਜਿਵੇਂ ਭਾਅ ਜੀ ਨਾਲ ਹੁਣ ਕੰਟਰੈਕਟ ਹੋਇਆ ਇਹ ਸਾਰਾ ਡਿਟੇਲ 'ਚ ਲਿਖਿਆ ਹੋਇਆ ਇਹ ਲੀਗਲ ਡਾਕੂਮੈਂਟ ਹੈ ਸੋ ਇਸ ਕਹਿ ਜੀ ਇਹ ਹੋਰ ਪਤਾ ਨਹੀਂ ਕਿੰਨਾ ਕੁ ਆਉਂਦਾ ਇਹ ਸਮਾਨ ਫਰੀ ਆਉਂਦਾ ਆਪਣੇ ਲੈਟਰ ਬਾਕਸ ਪਾ ਜਾਂਦੇ ਆ ਇਹ ਚੀਜ਼ਾਂ ਇੱਕ ਮੈਂ ਜਿਹੜੇ ਆਪਣੇ ਮੁੰਡੇ ਨਿਊਜ਼ੀਲੈਂਡ 'ਚ ਉਹਨੂੰ ਦੱਸਣਾ ਚਾਹੂੰਗਾ ਇੱਕ ਨਾ ਡੇਅਰੀ ਐਨਜੈਡ ਦੀ ਵੈਬਸਾਈਟ ਤੋਂ ਹੀ ਜਾ ਕੇ ਸਰਚ ਕਰਿਓ ਅਤੇ ਆਈ ਥਿੰਕ ਰਾਈਟ ਕੋਰਨਰ 'ਤੇ ਸਰਚ ਬਟਨ ਹੈ ਫੈਕਟ ਐਂਡ ਫਿਗਰਸ ਫੈਕਟ ਐਂਡ ਫਿਗਰ ਇੱਕ ਨੋਟਬੁੱਕ ਹੈ ਠੀਕ ਹੈ ਜੀ ਐਡਿੰਗ ਮੋਟੀ ਹੈ ਉਹ ਤਾਂ ਜੀ ਖਜ਼ਾਨਾ ਹੀ ਹੈ ਉਹ ਵੀ ਫਰੀ ਹੈ ਉਹਨੂੰ ਵੀ ਤੁਸੀਂ ਔਨਲਾਈਨ ਔਰਡਰ ਕਰ ਤੁਹਾਡੇ ਲੈਟਰ ਬਾਕਸ 'ਚ ਆ ਜੂਗੀ ਉਹਦੇ ਵਿੱਚ ਪੂਰਾ ਨੌਲੇਜ ਹੈ ਜੀ ਮਤਲਬ ਟੋਪ ਟੂ ਟੋ ਤੱਕ ਤੁਹਾਡੇ ਸਿਰ ਤੋਂ ਲੈ ਕੇ ਚੁੱਪ ਤੁਹਾਡੇ ਅੱਡੀ ਤੁਹਾਡੇ ਅੰਗੂਠੇ ਤੱਕ ਦਾ ਡੇਅਰੀ ਫਾਰਮਿੰਗ ਦਾ ਨੌਲੇਜ ਉਹਦੇ ਵਿੱਚ ਕਿ ਫੀਡ ਕਿਵੇਂ ਕਰਨਾ ਕਿਹੜੇ ਟਾਈਮ 'ਚ ਕਿੰਨਾ ਫੀਡ ਕਿਹੜੀ ਕਰੋਪ 'ਚ ਕਿੰਨੀ ਐਮੀ ਹੁੰਦੀ ਹੈ ਕਿੰਨਾ ਕੁਛ ਹੁੰਦਾ ਕੀ ਹੈਗਾ ਕੋਈ ਬਿਮਾਰੀ ਹੈ ਲਟਰਮ ਪਟਰਮ ਸਭ ਕੁਛ ਉਹਦੇ ਵਿੱਚ ਹੈ ਜੀ ਬਹੁਤ ਹੈਂਡੀ ਬੁੱਕ ਹੈ ਉਹ ਜ਼ਰੂਰ ਆਪਣੀ ਤੁਸੀਂ ਔਡਰ ਕਰਕੇ ਮੰਗਾ ਲਿਓ ਅਤੇ ਹੋਰ ਵੀ ਐਕਚੁਅਲੀ ਜੇ ਤੁਸੀਂ ਪਬਲੀਕੇਸ਼ਨ 'ਤੇ ਜਾਓਗੇ ਤਾਂ ਉਹਨਾਂ ਦਾ ਹੋਰ ਵੀ ਬਹੁਤ ਕੁਛ ਹੈ ਐਚ ਆਰ ਦਾ ਜਾਂ ਜੋਬ ਡਿਸਕ੍ਰਿਪਸ਼ਨਸ ਅਤੇ ਤੁਹਾਡਾ ਕੋਈ ਤੁਸੀਂ ਸਮਰ 'ਚ ਕਿਵੇਂ ਗਾਊਂਡ ਫੀਡ ਕਰਨਾ ਹੈ ਕਾਲਿੰਗ ਤੁਸੀਂ ਕਿਵੇਂ ਮੈਨੇਜ ਕਰਨੀ ਹੈ ਮੀਟਿੰਗ ਕਿਵੇਂ ਮੈਨੇਜ ਕਰਨੀ ਹੈ ਟੋਟਲ ਦਾ ਉਹਦੇ ਮੈਗਜ਼ੀਨਸ ਉਹਨਾਂ ਦੇ ਪੰਪਲੇਟਸ ਉਹਨਾਂ ਦੇ ਜੰਕ ਮੇਲਸ ਵਗੈਰਾ ਸਾਰਾ ਕੁਛ ਹੈਗਾ ਜ਼ਰੂਰ ਮੰਗਾਇਓ ਪੜ੍ਹਿਓ ਤੁਹਾਡਾ ਨੌਲੇਜ ਜ਼ਰੂਰ ਵਧੂਗਾ ਮੇਰੀ ਗਰੰਟੀ ਹੈ ਸੋ ਇਸ ਤਰ੍ਹਾਂ ਜੀ ਇਹ ਚੀਜ਼ਾਂ ਚੱਲਦੀਆਂ ਇਹਨਾਂ ਨਾਲ ਜੁੜ ਕੇ ਰਹੋ ਟੱਚ ਰਹੋ ਇੱਕ ਚੀਜ਼ ਜਿਵੇਂ ਹਰੇਕ ਏਰੀਏ 'ਚ ਤੁਸੀਂ ਨਿਊਜ਼ੀਲੈਂਡ ਜਿੱਥੇ ਮਰਜ਼ੀ ਫਾਰਮਿੰਗ ਕਰ ਰਹੇ ਹੋ ਤੁਹਾਡੇ ਏਰੀਏ 'ਚ ਡੇਅਰੀ ਐਨਜਟ ਦਾ ਹਰ ਮਹੀਨੇ ਡਿਸਕਸ਼ਨ ਗਰੁੱਪ ਹੁੰਦਾ ਜੀ ਇੰਡੀਆ ਵਾਲੀ ਵੀਰਾਂ ਨੂੰ ਦੱਸਣਾ ਚਾਹੁੰਦਾ ਹਰ ਮਹੀਨੇ ਡੇਅਰੀ ਐਨਜਟ ਜਿਹੜੇ ਇੱਕ ਔਰਗਨਾਈਜੇਸ਼ਨ ਹੈ ਉਹ ਹਰ ਮਹੀਨੇ ਮਹੀਨੇ 'ਚ ਇੱਕ ਦਿਨ ਡਿਸਕਸ਼ਨ ਗਰੁੱਪ ਰੱਖਦੀ ਹੈ ਸਾਰੇ ਫਾਰਮਰ ਨੂੰ ਉਹਨਾਂ ਨਾਲ ਮੈਸੇਜ ਮੈਨੂੰ ਮੈਸੇਜ ਆਉਂਦਾ ਵੀ ਅੱਜ ਕਿਹੜੇ ਐਡਰੈਸ 'ਤੇ ਇਸ ਮਹੀਨੇ ਦਾ ਕਿੱਥੇ ਡਿਸਕਸ਼ਨ ਗਰੁੱਪ ਹੈ ਅਤੇ ਕਿਹੜੇ ਟੋਪਿਕ 'ਤੇ ਗੱਲ ਕੀਤੀ ਜਾਊਗੀ ਤਕਰੀਬਨ 11 ਵਜੇ ਸ਼ੁਰੂ ਹੋ ਕੇ ਉਹ 2 ਵਜੇ ਫਿਨਿਸ਼ ਕਰ ਦਿੰਦੇ ਆ ਅਤੇ ਲੰਚ ਵੀ ਉਹ ਕਰਵਾਉਂਦੇ ਫਰੀ ਹੁੰਦਾ ਉਹਨਾਂ ਦਾ ਸੋ ਉਹਦੇ ਜ਼ਰੂਰ ਜਾਇਆ ਕਰੋ ਕਦੇ ਨਾ ਉਹਨੂੰ ਮਿਸ ਕਰਿਆ ਕਰੋ ਕਿਉਂਕਿ ਉੱਥੇ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਕਿਉਂਕਿ ਫਾਰਮਰ ਸਾਰੇ ਏਰੀਏ ਦੇ ਫਾਰਮਰ ਆਉਂਦੇ ਆ ਸਪੈਸ਼ਲਿਸਟ ਆਉਂਦੇ ਆ ਜਾਂ ਜਿਹੜੇ ਡੇਅਰੀ ਐਨਜਟ ਦਾ ਸਪੈਸ਼ਲ ਰੀਪ੍ਰਜੈਂਟੇਟਿਵ ਹੋਊਗਾ ਉਹ ਉੱਥੇ ਹੋਊਗਾ ਤਾਂ ਤੁਹਾਨੂੰ ਬਹੁਤ ਕੁਛ ਸਿੱਖਣ ਨੂੰ ਮਿਲੂਗਾ ਅਤੇ ਉਹ ਗੱਲ ਕਰਦੇ ਜਿਵੇਂ ਹੁਣ ਮੀਟਿੰਗ ਆਉਣੇ ਤਾਂ ਮੀਟਿੰਗ ਦੀ ਗੱਲ ਕਰਨਗੇ ਫਿਰ ਜਿਵੇਂ ਮਤਲਬ ਹੁਣ ਕਾਵਿੰਗ ਸ਼ੁਰੂ ਹੋਣੀ ਤਾਂ ਕਾਵਿੰਗ ਦੀ ਗੱਲ ਹੋਊਗੀ ਫਿਰ ਸਮਰ ਸ਼ੁਰੂ ਹੋ ਗਈ ਤਾਂ ਸਮਰ 'ਚ ਕਿਵੇਂ ਕਰਨਾ ਕੱਲ੍ਹ ਕਿਵੇਂ ਕਰੀਏ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਖੱਟ ਕੇ ਆਉਂਗੇ ਵੇਸਟ ਨਹੀਂ ਹੋਊਗਾ ਤੁਹਾਡਾ ਟਾਈਮ ਸੋ ਉੱਥੇ ਜ਼ਰੂਰ ਕੀਪ ਇਨ ਟੱਚ ਜੇ ਤੁਸੀਂ ਡੇਅਰੀ ਐਨਜਟ ਦੀ ਵੈਬਸਾਈਟ 'ਤੇ ਜਾਓਗੇ
ਤਾਂ ਉੱਥੇ ਇੱਕ ਆਪਸ਼ਨ ਹੈ ਜੀ ਈਵੈਂਟਸ, ਇਹ ਲੈਫਟ ਸਾਈਡ ਤੋਂ ਈਵੈਂਟਸ 'ਤੇ ਕਲਿੱਕ ਕਰੋਗੇ ਤੁਸੀਂ ਆਪਣਾ ਰੀਜਨ ਸਿਲੈਕਟ ਕਰਿਓ ਤਾਂ ਉਹ ਰੀਜਨ ਸਿਲੈਕਟ ਕਰੋ, ਥੱਲੇ ਸਾਰੀ ਡੇਟਸ ਆ ਜਾਣਗੀਆਂ ਕਿਹੜਾ ਡਿਸਕਸ਼ਨ ਗਰੁੱਪ ਕਿੱਥੇ ਹੈਗਾ ਇਹ। ਅਤੇ ਇੱਕ ਡੇਅਰੀ ਐਂਜਟ ਜੀ ਔਰਗਨਾਈਜ਼ ਕਰਦਾ ਹੁੰਦਾ ਮਿਲਕ ਸਮਾਰਟ ਵਰਕਸ਼ਾਪ, ਜੇ ਤੁਹਾਨੂੰ ਕਦੇ ਮੌਕਾ ਮਿਲੇ ਉਸ ਏਰੀ ਉਸ ਮਿਲਕ ਸਮਾਰਟ ਵਰਕਸ਼ਾਪ 'ਤੇ ਜਾਣ ਦਾ ਕਦੇ ਨਾ ਮਿਸ ਕਰਿਓ, ਇੰਨਾ ਕੁਛ ਸਿੱਖੋਗੇ। ਤੁਹਾਡੇ ਮਤਲਬ ਹਰ ਇੱਕ ਪਾਰਟ ਹੀ ਖੋਲ੍ਹ ਦੇਣਗੇ, ਗਾਈਆਂ ਬਾਰੇ ਦੱਸਣਗੇ ਕਿ ਗਾਂ ਕਿਵੇਂ ਹੈ, ਇਹਦਾ ਬਿਹੇਵ ਕਿਵੇਂ ਹੈ, ਕੀ ਕਰਦੀਆਂ, ਕਿੰਨੀ ਦੂਰ ਤੱਕ ਸਮੈਲ ਕਰ ਸਕਦੀਆਂ, ਗਾਂ ਦੇਖਦੀ ਦੇਖਣ ਦੀ ਪਾਵਰ ਕਿੰਨੀ ਹੈ ਗਾਂ ਦੀ, ਤੁਸੀਂ ਸ਼ੌਕ ਹੋ ਜਾਂਦੇ ਸੋਚ ਨਹੀਂ ਸਕਦੇ ਕਿ ਗਾਂ ਕਿੱਥੋਂ ਤੱਕ ਦੇਖ ਸਕਦੀ ਹੈ। ਹੁਣ ਆਪਾਂ ਸਿੱਧਾ ਹੀ ਦੇਖ ਸਕਦੇ ਹਾਂ, ਵੱਧ ਤੋਂ ਵੱਧ ਇੰਨਾ ਦੇਖ ਸਕਦੇ ਹਾਂ, ਇਹਦਾ ਤੁਸੀਂ ਆਪਣੇ ਹੱਥ ਪਿੱਛੇ ਕਰੋ ਇੱਦਾਂ ਕਰਕੇ, ਜਮਾਂ ਪਿੱਛੇ ਲੈ ਜਾਓ, ਗਾਂ ਇੱਥੋਂ ਤੱਕ ਦੇਖ ਸਕਦੀ ਹੈ। ਓਨਲੀ ਜਿਹੜਾ ਗਾਂ ਦਾ ਬੈਕ ਸਾਈਡ ਹੁੰਦੀ ਹੈ ਉਹ ਪੁਆਇੰਟ ਨਹੀਂ ਸਿਰਫ ਗਾਂ ਦੇਖ ਸਕਦੀ, ਬਾਕੀ ਜਿੱਥੇ ਮਰਜ਼ੀ ਗਾਂ ਦੇਖ ਸਕਦੀ ਹੈ, ਠੀਕ ਹੈ ਜੀ। ਅਤੇ ਤਕਰੀਬਨ 4-5 ਕਿਲੋਮੀਟਰ ਤੱਕ ਗਾਂ ਸਮੈਲ ਕਰ ਸਕਦੀ ਹੈ, ਕੋਈ ਸਮਥਿੰਗ ਹੈ ਉਹਨਾਂ ਦਾ ਸਮੈਲ ਹੋ ਜਾਂਦੀ ਹੈ। ਗਾਂ ਜੇ ਇੱਕ ਗਾਂ ਡਰ ਗਈ ਤੁਹਾਡੀ ਸਾਰੀਆਂ ਗਾਂ ਡਰ ਜਾਣਗੀਆਂ ਉਹਦੀ ਸਮੈਲ ਨਾਲ, ਠੀਕ ਹੈ ਜੀ। ਅਤੇ ਗਾਂ ਆਪਣੀ ਇੰਜਰੀ ਹਮੇਸ਼ਾ ਅਵੋਇਡ ਕਰਦੀ ਹੈ, ਗਾਂ ਲੈਮ ਹੋ ਜਾਏ ਨਾ ਜਦੋਂ ਉਹ ਹਮੇਸ਼ਾ ਉਹ ਕਹਿੰਦੇ ਵੀ ਉਹ ਹਾਈਡ ਕਰੂਗੀ, ਤੁਹਾਨੂੰ ਸ਼ੋਅ ਨਹੀਂ ਕਰਨ ਦੇਊਗੀ, ਉਹਦੀ ਲੱਤ ਦੁਖਦੀ ਹੈ, ਪੈਰ ਦੁਖਦਾ, ਜਦੋਂ ਜਮਾਂ ਉਸ ਤੋਂ ਬਾਹਰ ਹੋ ਗਿਆ ਉਦੋਂ ਗਾਂ ਉਹ ਸਾਈਨ ਸ਼ੋਅ ਕਰਦੀ ਕਿ ਹੁਣ ਮੈਂ ਲੈਮ, ਠੀਕ ਹੈ। ਹੁਣ ਪਤਾ ਹੁੰਦਾ ਵੀ ਜੇ ਮੈਂ ਦਿਖਾਤਾ ਇਹ ਮੈਨੂੰ ਟੰਗ ਲੈਣਗੇ। ਸੋ ਇਸ ਤਰ੍ਹਾਂ ਜੀ ਆਊਟਸਾਈਡ ਤੋਂ ਬਹੁਤ ਹੈਲਪ ਮਿਲਦੀ ਹੈ ਫਾਰਮਰਾਂ ਨੂੰ, ਠੀਕ ਹੈ ਜੀ। ਸੋ ਇਹ ਚੀਜ਼ਾਂ ਬਹੁਤ ਇੱਥੇ ਇੰਪੋਰਟੈਂਟ ਹੈ, ਤੁਸੀਂ ਵੀ ਜੇ ਤੁਹਾਨੂੰ ਮੌਕਾ ਮਿਲੇ ਪੜ੍ਹਿਆ ਕਰੋ। ਸੋ ਇਸ ਤਰ੍ਹਾਂ 'ਤੇ ਇੱਥੇ ਜੀ ਜਿਵੇਂ ਹੁਣ ਇੰਡੀਆ 'ਤੇ ਇਹ ਚੀਜ਼ਾਂ ਹੈ ਨਹੀਂ, ਬਿਲਕੁਲ ਵੀ ਹੈ ਨਹੀਂ ਗੀਆਂ, ਪਰ ਇੱਥੇ ਇਹ ਚੀਜ਼ਾਂ ਬਹੁਤ ਵਧੀਆ ਹੈ, ਬਹੁਤ ਸਪੋਰਟਿਵ ਹੈ, ਅਤੇ ਬੜਾ ਵਧੀਆ ਮੈਟਰ ਹੁੰਦਾ ਸਾਰਿਆਂ ਦੇ ਵਿੱਚ। ਸੋ ਠੀਕ ਹੈ ਜੀ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਡੇਅਰੀ ਇੰਡਸਟਰੀ ਅਵਾਰਡ 'ਚ ਪਾਰਟੀਸਪੇਟ ਕਰਿਓ, ਕੌਨਫੀਡੈਂਸ ਨਾ ਕਰਿਓ, ਕੋਈ ਡਰਨ ਦੀ ਕੋਈ ਲੋੜ ਨਹੀਂ। ਜੇ ਚਲੋ ਨਾ ਵੀ ਕੁਛ ਵੀ ਮਿਲਿਆ ਪ੍ਰਾਇਮਰੀ ਜੱਜਿੰਗ ਤੁਸੀਂ ਰਹਿ ਗਏ, ਫਿਰ ਵੀ ਤੁਹਾਨੂੰ ਸਰਟੀਫਿਕੇਟ ਤਾਂ ਜ਼ਰੂਰ ਦੇਣਗੇ ਕਿ ਇਹਨਾਂ ਨੇ ਡੇਅਰੀ ਇੰਡਸਟਰੀ ਅਵਾਰਡ 'ਚ ਪਾਰਟੀਸਪੇਟ ਕੀਤਾ ਸੀ, ਠੀਕ ਹੈ ਜੀ। ਅਤੇ ਟਾਈਮ ਨਹੀਂ ਵੇਸਟ ਹੋਊਗਾ, ਜੇ ਕਿਸੇ ਨੂੰ ਹੈਲਪ ਚਾਹੀਦੀ ਹੋ ਡੇਅਰੀ ਇੰਡਸਟਰੀ ਅਵਾਰਡ ਬਾਰੇ, ਆਪਾਂ ਨੂੰ ਸਾਰਾ ਪਤਾ ਡੇਅਰੀ ਇੰਡਸਟਰੀ ਅਵਾਰਡ ਦਾ ਕਿਵੇਂ ਕੀ ਕੁਛ ਕਰਨਾ, ਤਾਂ ਜ਼ਰੂਰ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ, ਮੇਰਾ ਨੰਬਰ ਲੈ ਲਿਓ, ਈਮੇਲ ਕਰ ਦਿਓ, ਆਪਾਂ ਗੱਲ ਕਰਾਂਗੇ, ਕਿਉਂਕਿ ਅਸੀਂ ਵੀ ਅੱਜ ਡੇਅਰੀ ਸ਼ੇਅਰ ਫਾਰਮਰ ਦੁਆਰਾ ਜਾ ਰਹੇ ਹਾਂ। ਅਤੇ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਜ਼ਰੂਰ ਜਾਇਓ ਡੇਅਰੀ ਟ੍ਰੇਨਿੰਗ, ਜੇ ਤੁਸੀਂ 2IC ਹੋ ਉੱਥੇ ਸਾਰਾ ਇਨਫੋਰਮੇਸ਼ਨ ਹੋਊਗੀ ਕਿ ਹਰਡ ਮੈਨੇਜਰ ਨੇ ਕਿਹੜੀ ਕੈਟੇਗਰੀ 'ਚ ਪਾਰਟੀਸਪੇਟ ਕਰਨਾ ਜੇ ਤੁਸੀਂ ਹਰਡ ਮੈਨੇਜਰ ਹੋ। ਸੋ ਜ਼ਰੂਰ ਕਰਿਓ ਜੀ, ਤੁਹਾਨੂੰ ਕੁਛ ਜ਼ਰੂਰ ਫਾਇਦਾ ਹੋਊਗਾ ਇਸ ਚੀਜ਼ ਦਾ, ਠੀਕ ਹੈ ਜੀ। ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ, ਸਾਰਿਆਂ ਨੂੰ ਧੰਨਵਾਦ, ਸਤਿ ਸ਼੍ਰੀ ਅਕਾਲ।